ਤੁਹਾਡਾ ਸਾਰਿਆਂ ਸਵਾਗਤ ਹੈ ਆਪਣੇ YouTube ਚੈਨਲ HK ਅਵਦੇ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਚੁੱਕੇ ਸੱਤਵੇਂ ਜਮਾ ਦਾ ਸਾਇੰਸ ਵਿਸ਼ਾ ਪੇਪਰ ਜੋ ਸੈਪਟੈਂਬਰ ਐਗਜ਼ਾਮ 2024 ਦਾ ਹੋਣ ਵਾਲਾ ਉਹ ਲੈ ਕੇ ਆ ਚੁੱਕੇ ਹਾਂ ਬਿਲਕੁਲ ਸੌਲਵ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਤਾਂ ਆਪਣੇ ਚੈਨਲ ਸਬਸਕ੍ਰਾਈਬ ਕਰ ਦੇਣਾ ਜਿਸ ਨਾਲ ਤੁਹਾਨੂੰ ਆਪਣੀ ਔਨ ਬਾਰੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹੀ ਮਿਲਦਾ ਰਹੇ ਤੇ ਚਲੋ ਆਪਾਂ ਪੇਪਰ ਬਰਵਾ ਦਿਆ ਸਹੀ ਵਿਕਲਪ ਚੁਣੋ ਜੇ ਪਹਿਲਾ ਹੈਗਾ ਅਜਿਹਾ ਸੁਖਮਜੀਵ ਜੋ ਹਵਾ ਵਿੱਚ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਮਿੱਟੀ ਵਿੱਚ ਸਥਿਰ ਰੱਖਦਾ ਹੈ ਇਹਦਾ ਅਨਸਰ ਆਜੂ ਇਰੀ ਰਾਜੋਬੀਅਮ ਅਗੇ ਦੂਸਰਾ ਜਿਹੜੇ ਜੰਤੂ ਕਿਵਰ ਪੌਦੇ ਖਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਆੜਾ ਸ਼ਾਕਾਹਾਰੀ ਤੀਸਰਾ ਕੁਦਰਤੀ ਸੂਚਕ ਦੀ ਉਦਾਹਰਣ ਹੈ ਇਹਦਾ ਅਨਸਰ ਆਜੂ ਆੜਾ ਹਲਦੀ ਅਗੇ ਚੌਥਾ ਤੇਜਾਬੀ ਘੋਲ ਵਿੱਚ ਲਿੱਟਮਸ ਦਾ ਰੰਗ ਹੈ ਇਹਦਾ ਅਨਸਰ ਲਾਲ ਇਰੀ ਬਿਲਕੁਲ ਸਹੀ ਹੈ ਅਗੇ ਪੰਜਵਾਂ ਖੂਨ ਦੇ ਸੈੱਲ ਦੇ ਜੰਮਣ ਵਿੱਚ ਮਦਦ ਕਰਦਾ ਹੈ ਇਹਦਾ ਅਨਸਰ ਸਸਾ ਪਲੇਟਟ ਲੈਟਸ ਲੈਟਸ ਅਗੇ ਛੇਮਾ ਇਹ ਇਥੇ ਦਿੱਤੇ ਵਿੱਚੋਂ ਕਿਹੜੀ ਸਮੀਕਰਨ ਗਤੀ ਪਤਾ ਕਰਨ ਲਈ ਠੀਕ ਸੰਬੰਧ ਦੱਸਾਉਂਦੀ ਹੈ ਇਧਰ ਆ ਸਜਾ ਆੜਾ 4 ਦੂਰੀ ਸਮਾਂ ਅਗੇ 7ਮਾ ਇੱਕ ਕਾਰ 40 ਕਿਲੋਮੀਟਰ ਪ੍ਰਤੀ ਘੰਟਾ ਤੇ 15 ਮਿੰਟ ਚੱਲਦੀ ਹੈ ਅਤੇ ਅਗੇ 15 ਅਗੇ 15 ਮਿੰਟ ਉਸ ਦੀ ਚਾਲ 60 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ ਤਾਂ ਕਾਰ ਦੁਆਰਾ طے ਕੀਤੀ ਗਈ ਕੁੱਲ ਦੂਰੀ ਪਤਾ ਕਰੋ ਇਰਾਸ ਹਜੂ 25 ਕਿਲੋਮੀਟਰ ਪ੍ਰਤੀ ਘੰਟਾ ਮਤਲਬ 25 ਕਿਲੋਮੀਟਰ ਦੂਰੀ ਤੱਕ ਕਿਤੋਂ ਨੇ ਆਹਦਾ ਬਿਲਕੁਲ ਸਹੀ ਆ ਅਗਿਆਤਵਾ ਦਿਲ ਦੇ ਹੇਠਾਂ ਦੋ ਖਾਨਿਆਂ ਨੂੰ ਕੀ ਕਹਿੰਦੇ ਹਨ ਦਿਲ ਦੇ ਹੇਠਲੇ ਦੋ ਖਾਨਿਆਂ ਨੂੰ ਕੀ ਕਹਿੰਦੇ ਇਰਾਸ ਹਜੂ ਸਸਾ ਬੈਟਰੀ ਅਕਲ ਲਗਿਨੋਮਾ ਖੂਨ ਵਿੱਚ ਸ਼ਾਮਿਲ ਹੁੰਦੇ ਹਨ ਖੂਨ ਵਿੱਚ ਕੀ ਸ਼ਾਮਿਲ ਹੁੰਦੇ ਨੇ ਉਪਰੋਕਤ ਸਾਰੇ ਪਲਾਜ਼ਮਾ ਵੀ ਸ਼ਾਮਿਲ ਹੁੰਦਾ ਲਾਲ ਲਹੂ ਸੈੱਲ ਵੀ ਹੁੰਦੇ ਨੇ ਸਫੈਦ ਲਹੂ ਸੈੱਲ ਵੀ ਹੁੰਦੇ ਉਪਰੋਕਤ ਸਾਰੇ ਆਜੋ ਅਗਰ ਕਿਹੜਾ ਪ੍ਰਸ਼ਨ ਦੋ ਖਾਲੀ ਸਥਾਨ ਪਰ ਉਕਲਮ ਰੱਖ ਨੌ ਖਾਲੀ ਸਥਾਨ ਹੋਣ ਬੈਨ ਤੁਚ ਪੰਨ ਜਿਮ ਪਹਿਲੇ ਹੈ ਕਿਸੇ ਜੀਵ ਦੁਆਰਾ ਪੋਸ਼ਣ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਡੈਸ਼ ਕਹਿੰਦੇ ਹਨ ਇਹਦਾ ਜਵਾਬ ਹੈ ਪੋਸ਼ਣ ਅਗਲਾ ਦੂਸਰਾ ਜਿਹੜੇ ਜੀਵ ਪੌਦਿਆਂ ਤੇ ਜੰਤੂਆਂ ਦੋਨਾਂ ਨੂੰ ਖਾ ਲੈਂਦੇ ਹਨ ਉਹਨਾਂ ਨੂੰ ਡੈਸ਼ ਕਹਿੰਦੇ ਹਨ ਸਰਵ ਆਹਾਰੀ ਅਗਲਾ ਤੀਸਰਾ ਤੇ ਜਿਹੜਾ ਪਸਵਾਦ ਵਿੱਚ ਡੈਸ਼ ਹੁੰਦੇ ਹਨ ਇਹਦਾ ਜਵਾਬ ਹੈ ਖੱਟੇ ਅਗਲਾ ਚੌਥਾ ਡੈਸ਼ ਸ਼ਾਖਿਰ ਦੌਰਨ ਲੈਕਟਿਕ ਐਸਿਡ ਪੈਦਾ ਹੁੰਦਾ ਹੈ ਇਹਦਾ ਜਵਾਬ ਹੈ ਅਨੈਕਸੀ ਅਗਲਾ ਪੰਜਵਾਂ ਕੋਈ ਵਿਅਕਤੀ 1 ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸਦੀ ਡੈਸ਼ ਹੁੰਦੀ ਹੈ ਇਜਾ ਸਜੋ ਸਾਹ ਦਰ ਅਗ 6ਵਾਂ ਪੌਦੇ ਵਿੱਚ ਪਾਣੀ ਅਤੇ ਖਣਿਜਿਤ ਦਾ ਪਰਿਵਰਤਨ ਡੈਸ਼ ਦੁਆਰਾ ਕੀਤਾ ਜਾਂਦਾ ਹੈ ਇਜਾ ਸਜੋ ਜੜ੍ਹਾਂ ਦੁਆਰਾ ਅਗ 7ਵਾਂ ਡੈਸ਼ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ ਇਜਾ ਸਜੋ ਕਾਇਕਿਕ ਪ੍ਰਜਨਨ ਅਗ 8ਵਾਂ ਇੱਕ ਕਰੀ ਦੀ ਬਤੂ ਡੈਸ਼ ਮਾਪਣ ਲਈ ਕੀਤੀ ਜਾਂਦੀ ਹੈ ਇਜਾ ਸਜੋ ਸਮਾ ਅਗ 9ਵਾਂ ਦਿਲ ਦੀ ਲੈਬੰਦ ਸੰਗਠਨ ਸੰਗਠਨ ਅਤੇ ਫੈਲਨ ਨੂੰ ਡੈਸ਼ ਕਹਿੰਦੇ ਹਨ ਇਹਨਾਂ ਸਜੂ ਟੜਕਨ ਅਗੇ ਪ੍ਰਸ਼ਨ ਬ3 ਇਹ ਚ ਲਿਖੇ ਵਿੱਚੋਂ ਠੀਕ ਜਾਂ ਗਲਤ ਦੱਸੋ ਜਿਵੇਂ ਪਹਿਲੇ ਹੈਗਾ ਕਾਰਬੋਹਾਈਡਰੇਟs ਭੋਜਨ ਦਾ ਜ਼ਰੂਰੀ ਅੰਸ਼ ਨਹੀਂ ਹੈ ਆ ਗਲਤ ਹੈ ਜ਼ਰੂਰੀ ਅੰਸ਼ ਹੈਗਾ ਅਗੇ ਦੂਸਰਾ ਜੀ ਭੋਜਨ ਨੂੰ ਲਾਲ ਨਾ ਮਿਲੋਨ ਵਿੱਚ ਮਦਦ ਕਰਦੀ ਹੈ ਇਹ ਬਿਲਕੁਲ ਠੀਕ ਆ ਅਗੇ ਤੀਸਰਾ ਇਮਰੀ ਵਿੱਚ ਸਿਤਰਿਕ ਐਸਿਡ ਮਿਲਦਾ ਹੈ ਇਹ ਗਲਤ ਆ ਅਗੇ ਚੌਥਾ ਤੇਜਾਬੀ ਮਿੱਟੀ ਦਾ ਉਪਚਾਰ ਲਈ ਜੈ ਪਦਾਰਥ ਵਰਤੇ ਜਾਂਦਾ ਹੈ ਇਹ ਵੀ ਗਲਤ ਆ ਦੇ ਦੂ ਚਮੜੀ ਅਤੇ ਫੇਫੜਿਆਂ ਰਾਹੀਂ ਸਾਹ ਲੈਂਦੇ ਹਨ ਇਹ ਸਹੀ ਹੈ ਕਿਛਮਾ ਪਲਾਜ਼ਮਾ ਖੂਨ ਦਾ ਥੋਸ ਭਾਗ ਹੁੰਦਾ ਹੈ ਆ ਗਲਤ ਹੈ ਅੱਗੇ 7 ਕਲਮਾ ਲਗਾਉਣ ਅਤੇ ਪਿਓ ਤੋਂ ਚੜਾਉਣ ਭੋਜਨ ਦੇ ਕੁਦਰਤੀ ਤੰਗ ਹਨ ਇਹ ਗਲਤ ਹੈ ਪ੍ਰਤੀ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਚਾਲ ਆਖਦੇ ਹਨ ਇਹ ਠੀਕ ਆ ਖੂਨ ਦਾ ਰੰਗ ਖੂਨ ਦਾ ਲਾਲ ਰੰਗ ਖੂਨ ਵਿੱਚ ਮੌਜੂਦ ਪਰਾਜਮਾ ਦੇ ਕਾਰਨ ਹੁੰਦਾ ਹੈ ਇਹ ਬਿਲਕੁਲ ਗਲਤ ਹੈ ਅੱਗੇ ਅਗੇ ਮਿਲੌਂਚਨ अर्थ मिलानचिन आई तो मिलाचन देख लो जिमें पहले खंभ खंभ आजूआ मृत्य जीवी न अगे दूसरा कार्बोहाइड्रेट वह आज ग्लूकोन अगर पिता पिता रस न आस मिलकी भी रखे ने कैराम आज जिंक कार्बोनेट पानी का परिवर्तन जयलम नारा अगर लाल रंग हिमोगलोबी न शक शकड़ रकंदी फुलियो जड़ा आलू आजूआ गंढ न इस प्रकार तीस मिला लेने अगे अगर दो अंक में प्रेष तो कुल मिला के दस होने वाले हैं ਇਹ ਪਹਿਲਾ ਹੈਗਾ ਪੋਸ਼ਣ ਦੀ ਪਰਿਭਾਸ਼ਾ ਲਿਖੋ ਪੋਸ਼ਣ ਜੀਭ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦਾ ਉਸ ਦੀ ਬਲਤੋਂ ਨੂੰ ਪੋਸ਼ਣ ਆਖਦੇ ਹਨ ਸਾਰੀ ਜਿਬਾਂ ਦੀ ਇੱਕੋ ਜਿਹਾ ਭੋਜਨ ਨਹੀਂ ਹੁੰਦਾ ਦੂਸਰਾ ਮੀਤ ਆਹਾਰੀ ਪੌਦੇ ਕਿਹੜੇ ਹੁੰਦੇ ਹਨ ਕੀਟ ਕੀਟ ਆਹਾਰੀ ਪੌਦੇ ਜਿਹੜੇ ਪੌਦੇ ਜਿਨ੍ਹਾਂ ਅੰਦਰ ਜੀਭਾਂ ਨੂੰ ਫੜਨ ਅਤੇ ਜਜ਼ਬ ਕਰਨ ਲਈ ਪ੍ਰਣਾਲੀਆਂ ਮੌਜੂਦ ਹੁੰਦੀਆਂ ਹਨ ਕੀਟ ਆਹਾਰੀ ਪੌਦੇ ਆਖਵਾਉਂਦੇ ਹਨ ਜਿਵੇਂ ਕਿ ਕੜਾ ਬੂਤੀ ਕੀਟਾ ਨੂੰ ਫੜਨ ਲਈ ਇਹਨਾਂ ਇਹਨਾਂ ਪੌਦਿਆਂ ਦੇ ਪੱਤੇ ਕੜੇ ਦੇ ਰਚਨਾਵਾਂ ਵਿੱਚ ਰੂਪਾਂਤਰਿਤ ਹੁੰਦੇ ਹਨ ਅਗਲੇ ਕਿ 3ਵਾਂ ਕੁਐਸਚਨ ਸਵੇ ਅੰਗੀਗਨ ਦੀ ਪਰਿਭਾਸ਼ਾ ਲਿਖੋ ਸਵੇ ਅੰਗੀਗਨ ਅੰਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਬਖਭਗ ਭਾਗਾਂ ਤੱਕ ਪਹੁੰਚ ਪਹੁੰਚ ਜਾਂਦਾ ਹੈ ਇਸ ਨੂੰ ਸਵੇ ਅੰਗੀਗਨ ਆਖਦੇ ਹਨ ਅਗਲੇ ਚੌਥਾ ਤੇਜਾਬੀ ਉਪਪਾਦਾਂ ਦੇ ਉਪਚਾਲ ਦੀ ਕੀ ਲੋੜ ਹੈ ਕਾਰਖਾਨੇ ਅਤੇ ਫੈਕਟਰੀਆਂ ਵਿੱਚ ਰਹਿੰਦ ਖੂੰਦ ਸੁਭਾਵਤ ਉਹ ਤੇਜਾਬੀ ਹੁੰਦੀ ਹੈ ਜੇਕਰ ਇਸ ਨੂੰ ਬਿਨਾਂ ਉਪਚਾਰ ਹੀ ਦੇ ਹੀ ਛੱਟ ਦਿੱਤਾ ਜਾਂਦਾ ਹੈ ਤਾਂ ਇਹ ਜਲ ਜੀਵਨ ਨੂੰ ਹਾਨੀ ਪਹੁੰਚਾ ਸਕਦੇ ਹਨ ਇਹਨਾਂ ਦਾ ਇਹਨਾਂ ਨੂੰ ਬੇਸਰ ਕਰਨ ਲਈ ਅਜੀਹ ਕੂੜੇ ਵਿੱਚ ਕੁਝ ਖਾਰਾ ਨੂੰ ਮਿਲਾਇਆ ਜਾਂਦਾ ਹੈ ਅੱਗੇ ਕਿ ਸਾਂਖ ਕਿਹੜਾ ਕੀ ਹੈ ਦੋ ਤਰ੍ਹਾਂ ਦੇ ਸਾਂਖ ਕਿੜਾ ਦੇ ਨਾਮ ਲਿਖੋ ਸਾਂਖ ਕਿੜਾ ਇਹ ਇੱਕ ਸਰਪੋਤੀ ਕਿੜਾ ਹੈ ਜਿਸ ਦੇ ਦੌਰਾਨ ਵਾਤਾਵਰਣ ਦੀ ਆਕਸੀਜਨ ਭਰਪੂਰ ਹਵਾ ਸਾਂ ਅੰਗਾਂ ਮਦ ਫੇਫੜਿਆਂ ਦੁਆਰਾ ਖਿੱਚੀ ਜਾਂਦੀ ਖਿੱਚੀ ਜਾਂਦੀ ਹੈ ਸਾਂ ਕਿਰਿਆ ਦੇ ਇਸ ਭਾਗ ਨੂੰ ਸਾਂ ਲੈਣਾ ਕਹਿੰਦੇ ਹਨ ਅਤੇ ਸਾਂ ਲੈਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਪ੍ਰੂਪੂਰ ਹਵਾ ਸਾਂ ਅੰਗਾਂ ਵਿੱਚੋਂ ਬਾਤਪਨ ਵਿੱਚ ਕੱਢ ਦਿੱਤੀ ਜਾਂਦੀ ਹੈ ਨੂੰ ਸਾਂ ਛੱਡਣਾ ਆਖਦੇ ਹਨ ਸਾਂ ਕਿਰਿਆ ਹੇਠ ਲਿਖੇ ਦੋ ਦੋ ਤਰ੍ਹਾਂ ਦੀ ਹੁੰਦੀ ਹੈ ਆਕਸੀ ਸਾਂ ਕਿਰਿਆ ਅਤੇ ਅਨ ਆਕਸੀ ਸਾਂ ਕਿਰਿਆ ਅਗੇਛੇ ਮਾ ਲਹੂ ਦਾ ਰੰਗ ਲਾਲ ਕਿਉਂ ਹੁੰਦਾ ਹੈ ਲਹੂ ਦਾ ਰੰਗ ਲਾਲ ਹਿਮੋਗਲੋਬਿਨ ਨਾਂ ਦਾ ਬਰਨਨ ਜੋ ਕਿ ਇੱਕ ਪ੍ਰੋਟੀਨ ਹੈ ਇਹ ਲੋਹੇ ਦੇ ਅਣੂਆਂ ਨਾਲ ਮਿਲ ਕੇ ਇੱਕ ਜਟਿਲ ਜੋਗਿਕ ਬਣਾਉਂਦਾ ਹੈ ਅਤੇ ਆਕਸੀਜਨ ਨੂੰ ਆਪਣੇ ਵਿੱਚ ਆਪਣੇ ਨਾਲ ਲੈ ਕੇ ਸਰੀਰ ਦੇ ਵੱਖ-ਵੱਖ ਅੰਗਾਂ ਵੱਲ ਜਾਂਦਾ ਹੈ ਲੋਹੇ ਦੀ ਬਥੇਰੀ ਮਾਤਰਾ ਹੋਣ ਕਾਰਨ ਇਹ ਲਾਲ ਰੰਗ ਪ੍ਰਾਪਤਿਤ ਹੁੰਦਾ ਹੈ ਜਿਸ ਕਾਰਨ ਲਹੂ ਦਾ ਰੰਗ ਲਹੂ ਲਾਲ ਰੰਗ ਦਾ ਦਿਖਾਈ ਜਾਂਦਾ ਹੈ ਕੁਐਸਚਨ ਨੰਬਰ 7 ਡਾਇਲਾਈਸਿਸ ਕੀ ਹੁੰਦਾ ਹੈ ਡਾਇਲਿਸਿਸ ਜੇਕਰ ਕਿਸੇ ਵਿਅਕਤੀ ਦੇ ਦੋਨੇ ਗੁਰਦੇ ਖਰਾਬ ਹੋ ਜਾਂਦੇ ਖੋ ਜਾਂਦੇ ਜਾਂ ਲਹੂ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਜਿਸ ਕਾਰਨ ਹਾਨੀਕਾਰਕ ਥੋਸ ਅਤੇ ਤੱਲ ਬੇਲਥ ਪਦਾਰਥ ਸਰੀਰ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਹਨ ਅਜਿਹੇ ਵਿਅਕਤੀ ਜ਼ਿਆਦਾਤਰ ਦੇਲ ਤੱਕ ਜਿਉਂਦਾ ਨਹੀਂ ਰਹਿ ਸਕਦਾ ਜਦੋਂ ਤੱਕ ਕਿ ਉਹਦੇ ਲਹੂ ਨੂੰ ਸਮੇਂ-ਸਮੇਂ ਤੇ ਬਣਾਉਤੀ ਗੁਰਦੇ ਦੁਆਰਾ ਫਿਲਟਰ ਨਾ ਕੀਤਾ ਜਾਵੇ ਇੱਕ ਮਸ਼ੀਨ ਬਣਾਉਤੀ ਗੁਰਦੇ ਦੀ ਮਦਦ ਨਾਲ ਖੂਨ ਵਿੱਚ ਜਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਡਾਈ ਦੇ ਆਸੀਸ ਕਹਿੰਦੇ ਹਨ ਅਗੱਠਮੇਗਾ ਖਮੀਰ ਵਿੱਚ ਪ੍ਰਜਨਨ ਕਿਵੇਂ ਹੁੰਦਾ ਹੈ ਕਾਇਕ ਬਾਧੇ ਦੇ ਬਾਧੇ ਦਾ ਖਮੀਰ ਵਿੱਚ ਸਭ ਤੋਂ ਸਾਧਾਨ ਅੰਗ ਅਲਿੰਗੀ ਪ੍ਰਜਨਨ ਹੈ ਜਿੱਥੇ ਜੰਤਕ ਸੈੱਲਾਂ ਦੇ ਇੱਕ ਸੋਤੀ ਕਲਿਕ ਡਾਟਰ ਸੈੱਲ ਬਣਦੀ ਹੈ ਜੰਤਕ ਸੈੱਲ ਤੋਂ ਉੱਠ ਕੇ ਇੱਕ ਡਾਟਰ ਨਿਊਕਲੀਅਸ ਬਣਾਉਂਦਾ ਹੈ ਜਿਹੜਾ ਡਾਟਰ ਸੈੱਲ ਵਿੱਚ ਚਲਦਾ ਹੈ ਅਗਗਨੋਮਾ ਇਹਨਾਂ ਦਾ ਮਾਪ ਪਤਾ ਕਰਨ ਲਈ ਵਰਤੇ ਜਾਂਦੇ ਉਪਕਰਨ ਦਾ ਨਾਮ ਲਿਖੋ ਬਲੈਗਾ ਚਲਦੇ ਵਾਹਨ ਦੀ ਚਾਲ ਪਤਾ ਕਰਨ ਲਈ ਇਹਦਾ ਆਨਸਰ ਆਜੂਆ ਚਲਦੇ ਵਾਹਨ ਚਾਰ ਮਾਪਕ ਮਤਲਬ ਸਪੀਡੋਮੀਟਰ ਚਲਦੇ ਵਾਹਨ ਦੀ ਜੀ ਚਾਲ ਹੁੰਦੀ ਹੈ ਅਰੂ ਮਾਪਣ ਲਈ ਸਪੀਡੋਮੀਟਰ ਵਰਤਿਆ ਜਾਂਦਾ ਹੈ ਅਗੇ ਹੈਗਾ ਵਾਹਨ ਦੁਆਰ ਤੈਅ ਕੀਤੀ ਦੂਰੀ ਇਹਦਾ ਆਨਸਰ ਆਜੂ ਉਡੋਮੀਟਰ ਅਗਿਆ ਦੱਸੋ ਮੈਂ ਗ੍ਰਾਫ ਕੀ ਹੈ ਗ੍ਰਾਫ ਗ੍ਰਾਫ ਇੱਕ ਮਾਤਰਾ ਦੀ ਦੂਰੀ ਦੂਸਰੀ ਮਾਤਰਾ ਨਾਲ ਤੁਲਨਾ ਨੂੰ ਚਿੱਤਰ ਰੂਪ ਵਿੱਚ ਦੱਸਦਾ ਹੈ ਇੱਕ ਮਾਤਰਾ ਨੂੰ ਬਦਲਣ ਨਾਲ ਦੂਸਰੀ ਮਾਤਰਾ ਆਪਣੇ ਬਦਲ ਜਾਂਦੀ ਹੈ ਇਹ ਕੁਐਸਚਨ ਨੰਬਰ 6 ਤਿੰਨ ਅੰਕਾਂ ਬਰੇ ਪ੍ਰਸ਼ਨ ਉੱਤਰ ਕੋਲ ਮਿਲਾ ਕੇ 5 ਹੋਣ ਵਾਲੇ ਹਨ 15 ਅੰਕਾਂ ਦਾ ਹੋਆ ਹਾਂ ਪਹਿਲੇ ਕਿ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਕਿਵੇਂ ਹੁੰਦੀ ਹੈ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਦੁਬਾਰਾ ਪੂਰਤੀ ਪੌਦੇ ਮਿੱਟੀ ਵਿੱਚੋਂ ਪਾਣੀ ਖਣਿਜ ਅਜੇ ਪੋਸ਼ਕ ਤੱਤ ਸੋਖ ਰਹੇ ਹੁੰਦੇ ਹਨ ਜਿਸ ਕਾਰਨ ਮਿੱਟੀ ਦੀ ਪੋਸ਼ਕ ਪੋਸ਼ਕਾਂ ਦੀ ਕਮੀ ਹੋ ਜਾਂਦੀ ਹੈ ਮਿੱਟੀ ਵਿੱਚ ਇਹਨਾਂ ਪੋਸ਼ਕਾਂ ਦੀ ਪੂਰਤੀ ਸਮੇਂ-ਸਮੇਂ ਕਰਨੀ ਚਾਹੀਦੀ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਣ ਨਹੀਂ ਰਹੇ ਕਿਸਾਨ ਆਪਣੇ ਆਪ ਮਿੱਟੀ ਵਿੱਚ ਰੂੜੀ ਖਾਦਾ ਅਤੇ ਰਸਾਇਣੀ ਖਾਦਾ ਜਿਨ੍ਹਾਂ ਵਿੱਚ ਇੱਕ ਤੋਂ ਇੱਕ ਜਾਂ ਇੱਕ ਤੋਂ ਵੱਧ ਪੋਸ਼ਕ ਤੱਤ ਹਨ ਮਿਲਾ ਕੇ ਇਹਨਾਂ ਦੀ ਪੋਸ਼ਕਾਂ ਦੀ ਕੋਈ ਘਾਤ ਨੂੰ ਦੁਬਾਰਾ ਪੂਰਤੀ ਕਰਦੇ ਹਨ ਜੰਗਲਾਂ ਵਿੱਚ ਨਿਖੇੜਿੰਗ ਪੌਦ ਪੱਤੇ ਅਤੇ ਜੰਤੂਆਂ ਦੇ ਰਹਿੰਦ ਖੋਦ ਨੂੰ ਸਰ ਅਨੁਭ ਵਿੱਚ ਨਿਖੇੜ ਕੇ ਮਿੱਟੀ ਮਿੱਟੀ ਪੋਸ਼ਕ ਤੱਤਾਂ ਦੀ ਪ੍ਰਤੀ ਪੂਰਤੀ ਕਰਦੇ ਰਹਿੰਦੇ ਹਨ ਅੱਗੇ ਦੂਸਰਾ ਦੁੱਧ ਦੇ ਦੰਦਾਂ ਤੇ ਸਥਾਈ ਦੇ ਦੰਦਾਂ ਤੋਂ ਕੀ ਪਿਆ ਹੋਇਆ ਹੈ ਦੁੱਧ ਦੇ ਦੰਦ ਮਨੁੱਖ ਦੇ ਜੀਵਨ ਕਾਲ ਦੌਰਾਨ ਦੁੱਧ ਦੇ ਦੋ ਸੈੱਟ ਵਿਕਸਿਤ ਹੁੰਦੇ ਹਨ ਪਹਿਲੇ ਸੈਤਬੀ ਸ਼ੁਰੂ ਤੇ ਦੰਦ ਹੁੰਦਾ ਹੈ ਇਹ ਇਹਨਾਂ ਨੂੰ ਦੁੱਧਰੇ ਦੰਦ ਕਹਿੰਦੇ ਹਨ ਇਹ ਬਾਅਦ ਅਵਸਥਾ ਦੌਰਾਨ ਉਗਰੇ ਹਨ ਅਤੇ 6 ਤੋਂ 8 ਸਾਲ ਦੀ ਉਮਰ ਤੱਕ ਦਰਾਂ ਟੁੱਟ ਜਾਂਦੇ ਹਨ ਸਥਾਈ ਦੰਦ 6 ਤੋਂ 8 ਸਾਲ ਦੀ ਉਮਰ ਤੋਂ ਦੌਰਾਨ ਦੁੱਧਰੇ ਦੰਦ ਡਿੱਗਣ ਤੋਂ ਬਾਅਦ ਸਥਾਈ ਦੰਦ 32 ਆਉਂਦੇ ਆਉਂਦੇ ਹਨ ਸਥਾਈ ਦੰਦ 55 ਤੋਂ ਲੈ ਕੇ 7 ਸਾਲ ਦੀ ਉਮਰ ਤੋਂ ਬਾਅਦ ਦਿਗਨੇ ਸ਼ੁਰੂ ਹੋ ਜਾਂਦੇ ਹਨ ਆਹ ਕੁਐਸਚਨ ਨੰਬਰ 3 ਲਹੂ ਦੇ ਤਿੰਨ ਕੰਮ ਦੱਸੋ ਲਹੂ ਦੇ ਕੰਮ ਲਹੂ ਅ ਨਿਕਸਕਿੰਦ ਲਹੂ ਆਕਸੀਜਨ ਅਤੇ ਪੋਸ਼ਕਾ ਦਾ ਸਥਾਨਨ ਤੋ ਫੇਫੜੇ ਅਤੇ ਤਿਸ਼ੂ ਤੱਕ ਕਰਦਾ ਹੈ ਲਹੂ ਅਪਸ਼ਿਸ਼ਟ ਪਦਾਰਥਾਂ ਨੂੰ ਗੁਰਦੇ ਅਤੇ ਜਿਗਰ ਤੱਕ ਲੈ ਜਾਂਦਾ ਹੈ ਲਹੂ ਸਹਕਰਮਨ ਦਾ ਮੁਕਾਬਲਾ ਕਰਨ ਲਈ ਐਂਟੀਬਾਡੀਜ਼ ਨੂੰ ਲੈ ਕੇ ਜਾਂਦਾ ਹੈ ਲਹੂ ਸਰੀਰ ਦੇ ਤਾਪਮਨ ਨੂੰ ਕੰਟਰੋਲ ਰੱਖ ਕਰਦਾ ਹੈ ਅਗਿ ਚੌਥਾ ਹੈਗਾ ਤਿਸ਼ੂ ਕਲਚਰ ਜਾਂ ਸੁਖਮ ਪਰਜਨ ਕੀ ਹੈ ਤਿਸ਼ੂ ਕਲਚਰ ਜਾਂ ਸੁਖਮ ਪਰਜਨ ਇਸ ਵਿਧੀ ਵਿੱਚ ਪੌਦੇ ਦੀਆਂ ਟਹਿਣੀਆਂ ਦੇ ਸਿਖਰਲੇ ਨੁਕੀਲੇ ਭਾਗ ਵਿੱਚੋਂ ਦੂਸ਼ਯਨਕੂਲ 5 5 ਲਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਤੀਜੀ ਨਾ ਮਿਪਾਜਿਤ ਹੋ ਕੇ ਹੋਰ ਰੇ ਕਟ ਵਿਕਸਿਤ ਅਤੇ ਅਬ ਅਨ ਬੀਪੇ ਦਿੱਤੇ ਸੈੱਲ ਹੁੰਦੇ ਹਨ ਇਸ ਪੂਜੇ ਨੂੰ ਜਰੂਰੀ ਪੋਸ਼ਕ ਤੱਤ ਅਤੇ ਹਾਰਮ ਹਾਰਮੋਨੂ ਜੁਗਤ ਆਮਾਧਿਮ ਵਿੱਚ ਰੱਖਿਆ ਜੰਦ ਹੈ ਇਸ ਤissu ਵਿੱਚ ਇੱਕ ਅਨਬੀਪੇਦਿਕ ਪੁੰਜ ਵਿੱਚ ਵਿਕਸਿਤ ਹੋ ਜਾਂਦਾ ਹੈ ਇਹਨਾਂ ਤੁਸਾਂ ਨੂੰ ਕੁਝ ਭਾਗ ਕਿਸੇ ਮਾਧਿਅਮ ਵਿੱਚ ਉਦੋਂ ਤੱਕ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ ਪਗਰਨ ਲੱਗ ਜਾਣ ਇਹਨਾਂ ਪਗਰਨ ਛੋਟੇ ਪੌਦੇ ਨੂੰ ਗਿੱਲੀ ਮਿੱਟੀ ਵਿੱਚ ਉਗਾ ਲਿਆ ਜਾਂਦਾ ਹੈ ਇਸ ਬਿਧਿ ਨੂੰ ਸੁਖਮ ਪ੍ਰਸਾਰਵੀ ਅਗਧਨ ਅੱਗੇ ਆ ਗਏ ਮੰਦ ਅਤੇ ਤੇਜ਼ੀ ਗਤੀ ਵਿੱਚ ਅੰਤਲਿਖੋ ਇਹਨਾਂ ਦੀ ਉਦਾਹਰਣ ਦਿਓ ਮੰਦ ਗਤੀ ਜੇ ਕੋਈ ਵਸਤੂ ਥੋੜੀ ਦੂਰੀ ਤੈਅ ਕਰਨ ਲਈ ਬਹੁਤ ਸਮਾਂ ਲਗਾਉਂਦੀ ਹੈ ਤਾਂ ਉਸ ਨੂੰ ਮੰਦ ਗਤੀ ਆਖਵਾਉਂਦੇ ਜਿਵੇਂ ਕਛੂ ਅਤੇ ਘੋਗਾ ਦੀ ਗਤੀ ਤੇਜ਼ ਗਤੀ ਜੇ ਕੋਈ ਵਸਤੂ ਉਸੇ ਦੂਰੀ ਨੂੰ ਤੈਅ ਕਰਨ ਵਿੱਚ ਘੱਟ ਸਮਾਂ ਲਗਾਉਂਦੀ ਤੋਂ ਉਸਨੂੰ ਤੇਜ਼ ਗਤੀ ਹੁੰਦੀ ਹੈ ਜਿਵੇਂ ਰੇਸਿੰਗ ਕਾਰ ਅਤੇ ਚੀਤੇ ਦੀ ਗਤੀ ਤੇ ਦੋਸਤੋ ਇਹ ਵੀ ਪੇਪਰ ਇੱਥੇ ਸਮਾਪਤ ਹੁੰਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਆਪੇ ਚੈਨਲ ਨੂੰ ਸਬਸਕ੍ਰਾਈਬ ਤੇ ਹੋ ਸਕੇ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦੇਣਾ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਓਕੇ ਦੋਸਤੋ